ਹਾਂ ਕੌਣ ਸੀ ਤੇਰੇ ਨਾਲ ਹੁਣ ਦੱਸ? ਨਵਜੋਤ ਸੀ। ਨਵਜੋਤ ਕਿੱਥੋਂ ਦੇ ਰਹਿਣ ਵਾਲਾ? ਉਹ ਮੈਂ ਹੀ ਬਸ ਹੁਣ 2-3 ਦਿਨ ਪਹਿਲਾਂ ਜੇਲ੍ਹ 'ਚ ਆਇਆ ਜੀ। ਹਾਂ ਕੌਣ ਸੀ ਤੇਰੇ ਨਾਲ ਹੁਣ ਦੱਸ? ਨਵਜੋਤ ਸੀ। ਨਵਜੋਤ ਕਿੱਥੋਂ ਦੇ ਰਹਿਣ ਵਾਲਾ? ਉਹ ਅਰਬਨ ਸਟੇਟ ਦਾ। ਤੇਰਾ ਨਾਂ ਕੀ ਹੈ? ਜੋਨੀ। ਜੋਨੀ ਕੀ ਕੰਮ ਕਰਦਾ ਤੂੰ? ਮੈਂ ਜੀ ਬਸ ਹੁਣ 2-3 ਦਿਨ ਪਹਿਲਾਂ ਜੇਲ੍ਹ 'ਚ ਆਇਆ ਜੀ। ਕਿਹਦਾ ਮੁੰਡਾ? ਕਿਹਦਾ? ਸੁਖਦੇਵ ਦਾ ਜੀ। ਕਿਹੜਾ ਸੁਖਦੇਵ? ਜਿਹੜਾ ਮੁਲਾਜ਼ਮ ਹੈ ਜੀ। ਕਦ ਕੀ ਕਰਦਾ? ਉੱਥੇ ਉਹ ਵਾਇਰਲੈਸ ਦਿੰਦੇ ਆ। ਕਦੇ? ਵਾਇਰਲੈਸ ਦਫ਼ਤਰ ਤੇ, ਐਸਐਸਪੀ ਦਫ਼ਤਰ। ਐਸਐਸਪੀ ਦਫ਼ਤਰ? ਹਾਂ ਜੀ। ਤੈਨੂੰ ਕੋਈ ਦਿੰਦਾ ਨਹੀਂ ਕੋਈ ਪੈਸਾ? ਨਾ ਇਹ ਵੀ ਦਿੰਦੇ ਤਾਂ ਹੈ ਨੇ ਪਰ ਪੂਰਾ ਨਹੀਂ ਹੁੰਦਾ। ਨਸ਼ਾ ਕਰਦੇ ਸੀਗੇ। ਕਰਨਾ ਕੀ ਹੋਏ ਹੋ ਤੁਸੀਂ? ਮੇਰੇ ਮਗਰ ਪਏ ਹੋਏ ਆ ਕੁਛ, ਮੈਂ ਤਾਂ ਬਚਾ ਕਰਨ ਆਇਆ ਹੁਣ। ਸੱਚ ਦੱਸਦਾ ਮੁਖਬਰੀ ਦਿੱਤੀ ਹੋਇਆ ਦੱਸ ਪਹਿਲਾਂ ਕਿਹਨੇ ਦੱਸਿਆ ਇਹ ਘਰ ਬਾਰੇ? ਘੋੜੇ ਨੇ ਇਹ ਦੱਸਿਆ ਸੀਗਾ ਵੀ ਇਹ ਇੱਥੇ ਆਪਾਂ ਇਹ ਕੋਠੀ 'ਚ ਕਾਂਡ ਕਰਨਾ, ਠੀਕ ਹੈ ਜੀ, ਤੇ ਉਹਦੇ ਨਾਲ ਇੱਕ ਬਿੱਟੀ ਆ। ਬਿੱਟੀ ਆ, ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਬਣਾਈ ਹੋਈ ਸੀ। ਬਿੱਟੀ ਕੌਣ ਆ? ਬਿੱਟੀ ਇੱਧਰ ਮੰਡੋਲੀ ਸਾਈਡ ਦਾ ਜੀ, ਸਰਪੰਚ ਆ। ਅਰਬਨ ਸਟੇਟ ਹੀ ਕੀਤੀਆਂ ਖੋਆ ਪਹਿਲਾਂ? ਨਹੀਂ, ਇੱਕ ਦੋ ਕਾਂਡ ਕਰੇ ਸੀ। ਕਿੱਥੇ ਕੀਤੇ ਆ? ਉਹਨਾਂ ਦੇ ਪਰਚੇ ਪੈ ਗਏ। ਕਿੱਥੇ ਕੀਤੇ? ਕਿੱਥੇ ਆ? ਆਈਦਰਲੀ ਸਾਈਡ ਫਰੈਸ਼ਰ ਕਲੋਨੀ ਸੀ। ਉਹਨਾਂ ਦੇ ਪਰਚੇ ਪੈ ਗਏ ਸੀਗੇ 2.5 ਸਾਲ ਬਾਅਦ। ਮੈਂ ਕੱਲ ਜੇਲ੍ਹ ਚੋਂ ਆਇਆ ਸੀਗੇ ਕਾਲਜ। ਪਰਸੋਂ ਤੂੰ ਵਿਸ਼ਨ ਨਗਰ ਦੇਖਿਆ ਮੈਂ ਪਰਸੋਂ ਝੂਠ ਬੋਲਦਾ ਭਰਾ।